ਸਤਿ ਸ਼੍ਰੀ ਅਕਾਲ, ਆਪ ਦੇ ਦੈਨਿਕ ਸਵੇਰਾ। ਇਸ ਸਮੇਂ ਮਨਜਿੰਦਰ ਸਿੰਘ ਸੱਸਾ ਬਾਰੇ ਜੁੜ ਚੁੱਕੇ ਹਾਂ, ਬਾਤ ਕਰਨ ਦੀ ਕੋਸ਼ਿਸ਼ ਕਰੀਏ। ਸੱਸਾ ਜੀ, ਜਿਸ ਤਰ੍ਹਾਂ ਪੰਜਾਬ 'ਚ ਭਾਜਪਾ ਦਾ ਕੱਲ ਇਕੱਠੇ ਨੇ ਤੇ ਸਿੱਖ ਭਾਈਚਾਰੇ ਕਾਫੀ ਉੱਥੇ ਸਦੰਥ ਨੇ, ਜੰਮੂ 'ਚ ਇਹ ਕਿਉਂ ਨਹੀਂ ਦਿਸ ਰਿਹਾ ਕਿ ਸਿੱਖ ਭਾਈਚਾਰਾ ਭਾਜਪਾ ਦਾ ਇਕੱਠਾ ਕਾਫੀ ਹੈ ਭਾਜਪਾ ਦਾ ਪੰਜਾਬ 'ਚ, ਜੰਮੂ 'ਚ ਕਿਉਂ ਨਹੀਂ ਨਜ਼ਰ ਆ ਰਿਹਾ ਭਾਜਪਾ ਦਾ ਸਹਿਯੋਗ ਸਿੱਖਾਂ ਦਾ? ਨਹੀਂ, ਐਸਾ ਨਹੀਂ ਹੈਗਾ। ਪਹਿਲਾਂ ਤੋਂ ਹੀ ਕਦੇ ਇੰਨਾ ਜ਼ਿਆਦਾ ਨਹੀਂ ਸੀ, ਵੱਧ ਰਿਹਾ ਹੈ। ਲੋਕਾਂ ਨੂੰ ਦੱਸ ਰਹੇ ਹਾਂ, ਬਹੁਤ ਸਾਰੀ ਕਮਿਊਨਿਟੀ ਦੇ ਲੋਕ ਮੈਂ ਦੇਖਦਾ ਕਿ ਸਗੋਂ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦੇ ਅੱਛੇ ਨੇ, ਉਸੇ ਤਰ੍ਹਾਂ ਜੰਮੂ ਦੇ ਅੰਦਰ ਵੀ ਸਿੱਖ ਬਹੁਤ ਵੱਡੇ ਪੱਧਰ ਦੇ ਉੱਤੇ ਪਾਰਟੀ ਦੇ ਅੰਦਰ ਵੀ ਨੇ ਔਰ ਪਾਰਟੀ ਦੇ ਨਾਲ ਕੰਮ ਕਰ ਰਹੇ ਨੇ। ਲੇਕਿਨ ਫਿਰ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਗੱਲ ਕਰਦੇ ਪਏ ਹਾਂ, ਜਿਨ੍ਹਾਂ ਨੂੰ ਦੱਸਦੇ ਪਏ ਹਾਂ ਕਿਉਂ ਮੋਦੀ ਜੀ ਦਾ ਸਾਥ ਦੇਣਾ ਚਾਹੀਦਾ ਹੈ। ਔਰ ਇੱਕ ਦੋ ਕੁੱਲ ਵਿਸ਼ੇ ਵੀ ਨੇ, ਜਿਵੇਂ ਪੰਜਾਬੀ ਦਾ ਬਹੁਤ ਵੱਡਾ ਵਿਸ਼ਾ ਹੈ ਇੱਥੇ, ਜਿਹੜੇ ਨੌਕਰੀਆਂ ਮਿਲਦੀਆਂ ਨੇ, ਜਿਹੜੇ ਇੱਥੋਂ ਛੱਡ ਕਰ ਚਲੇ ਗਏ, ਉਹਦੇ ਅੰਦਰ ਕਮਿਊਨਿਟੀ ਨੂੰ, ਸਿੱਖ ਕਮਿਊਨਿਟੀ ਨੂੰ ਖਾਸ ਤੌਰ ਤੇ ਅਜੇ ਉਹ ਨਾਮ ਉਹ ਚ ਨਹੀਂ ਇਨਕਲੂਡ ਹੈਗਾ। 425 425 ਸਪੈਸ਼ਲ ਜਿਹੜਾ ਵੀ ਐਕਟ ਦੇ ਤਹਿਤ ਲਿਆਂਦਾ ਗਿਆ ਸੀ, ਉਹਦੇ ਅੰਦਰ ਸਿੱਖਾਂ ਨੂੰ ਬਾਹਰ ਰੱਖਿਆ ਗਿਆ ਹੈ। ਐਸੇ ਬਹੁਤ ਸਾਰੇ ਇਸ਼ੂ ਨੇ ਜਿਹੜੇ ਅਸੀਂ ਆਪਣੀ ਸਰਕਾਰ ਨਾਲ ਗੱਲਬਾਤ ਕਰਦੇ ਪਏ ਔਰ ਇਹਨਾਂ ਨੂੰ ਦੱਸਦੇ ਪਏ ਕਿ ਅਸੀਂ ਇਹਨੂੰ ਮਸਲੇ ਨੂੰ ਸਿਰੇ ਚੜਾਵਾਂਗੇ। ਖਾਸ ਤੌਰ ਪਰ ਮੈਂ ਜੇ ਗੱਲ ਕਰਾਂ ਤੇ ਪੰਜਾਬੀ ਇੱਕ ਬਹੁਤ ਵੱਡਾ ਵਿਸ਼ਾ ਹੈ ਜਿਹਨੂੰ ਲੈ ਕੇ ਸਾਡੀ ਕਮਿਊਨਿਟੀ ਇਹ ਗੱਲ ਮਹਿਸੂਸ ਕਰਦੀ ਕਿ ਉਹ ਵੀ ਸਾਡੀ ਆਫੀਸ਼ੀਅਲ ਲੈਂਗੁਏਜ ਹੋਣੀ ਚਾਹੀਦੀ ਹੈ। ਫਿਰ ਐਸੇ ਮੁੱਦੇ ਨੇ ਜਿਨ੍ਹਾਂ ਦੀ ਲੱਗੇ ਹੋਏ ਹੈ। ਜਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਨੂੰ ਇੱਥੇ ਮਿਲਿਆ ਹੈ, ਮੁਆਵਜ਼ਾ ਮਿਲਿਆ ਹੈ, ਪਰ ਜਿਹੜੀ ਕਸ਼ਮੀਰੀ ਸਿੱਖ ਆਏ ਨੇ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਟ੍ਰੀਟ ਕੀਤਾ ਗਿਆ। ਇੱਕ ਦੂਸਰਾ 47 ਦੀ ਗੱਲ ਕੀਤੀ ਜਾਵੇ, 47 ਰਿਫਿਊਜੀ ਆਏ ਸਨ, 5 ਲੱਖ ਰੁਪਏ, 5.5 ਲੱਖ ਦਾ ਪੂਰਾ ਮੁਆਵਜ਼ਾ ਮਿਲਿਆ, ਜਦਕਿ ਸੈਂਟਰ ਗਵਰਨਮੈਂਟ ਨੂੰ 33 ਲੱਖ ਦਾ ਮੁਆਵਜ਼ਾ ਪਾਸ ਕੀਤਾ ਗਿਆ ਸੀ। ਅੱਜ 75 ਸਾਲ ਹੋ ਗਏ ਨੇ, ਜਿਹੜੇ ਰਿਫਿਊਜੀ ਹਾਲੇ ਵੀ ਬੈਠੇ ਨੇ, ਮੂੰਹ ਦੇਖਦੇ ਪਏ ਨੇ, 10 ਸਾਲ ਤੁਹਾਡੀ ਗਵਰਨਮੈਂਟ ਹੋ ਗਏ ਨੇ, ਕੀ ਕਰਨਗੀ ਤੁਹਾਡੀ ਗਵਰਨਮੈਂਟ ਆਉਣ ਵਾਲੇ ਸਮੇਂ 'ਚ? ਨਹੀਂ ਦੇਖੋ, ਇਹ ਤਿੰਨੇ ਵਿਸ਼ੇ ਜਿਹੜੇ ਤੁਸੀਂ ਗੱਲ ਕਹੀ ਹੈ ਨਾ, ਜਿਹੜਾ ਕਸ਼ਮੀਰੀ ਨੌਕਰੀਆਂ ਕਸ਼ਮੀਰੀ ਬ੍ਰਾਹਮਣਾਂ ਵਾਸਤੇ ਆ, ਉਸੇ ਤਰੀਕੇ ਉਹ ਤਰਜ਼ 'ਤੇ ਕਸ਼ਮੀਰੀ ਸਿੱਖਾਂ ਵਾਸਤੇ ਵੀ ਹੈ, ਉਸੇ ਕਰੋਸ ਹੋਣੀ ਚਾਹੀਦੀ ਨੇ, ਇਹ ਅਸੀਂ ਲੈ ਕੇ ਲੱਗੇ ਹਾਂ। ਦੂਜੀ ਤੁਸੀਂ ਗੱਲ ਕੀ PUKJ ਦਾ ਜਿਹੜਾ ਮਸਲਾ ਸੀਗਾ, ਕੋਈ 5.5 ਲੱਖ ਦੇ ਆਸ ਪਾਸ ਮਿਲਿਆ ਬਕਾਇਆ, ਬਾਕੀ ਅਜੇ ਬਕਾਇਆ ਹੈ, ਉਹਦੇ 'ਤੇ ਵੀ ਸਰਕਾਰ ਨਾਲ ਗੱਲਬਾਤ ਕਰਦੇ ਪਏ ਹਾਂ। PHM ਸਾਹਿਬ ਪਰਸਨਲੀ ਜਦੋਂ ਇੱਥੇ ਆਏ ਸੀਗੇ ਅਤੇ ਕਮਿਊਨਿਟੀ ਨੂੰ ਇਸ਼ੋਰ ਕਰਕੇ ਗਏ ਸੀ ਕਿ ਅਸੀਂ ਇਸ ਮਸਲੇ ਦਾ ਹੱਲ ਕੱਢਾਂਗੇ, ਕਿ ਜਿਹੜੇ ਮਸਲੇ ਮਸਾਇਲ ਸਿੱਖ ਭਾਈਚਾਰੇ ਨਾਲ ਬਾਕੀ ਬੱਚੇ ਨੇ ਉਹਨਾਂ ਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ 10 ਸਾਲ ਹੋ ਗਏ ਨੇ ਇਹਨਾਂ ਦੀ ਗਵਰਨਮੈਂਟ ਬਣੇ ਨੂੰ, ਕੋਈ ਖਾਸ ਮਸਲੇ ਜਿਹੜੇ ਸਿੱਖਾਂ ਦੇ ਜੰਮੂ 'ਚ ਹੱਲ ਨਹੀਂ ਹੋ ਸਕੇ, ਪਰ ਵੇਖਾਂਗੇ ਅਗਲੇ ਦਿਨ 5 ਸਾਲ ਗਵਰਨਮੈਂਟ ਬਣਦੀ ਹੈ ਕਿ ਉਹ ਮਸਲੇ ਹੱਲ ਕਰਨ 'ਚ ਕਾਮਯਾਬ ਹੁੰਦੇ ਜਾਂ ਨਹੀਂ ਹੁੰਦੇ। ਤੁਸੀਂ ਦੇਖਦੇ ਦੈਨਿਕ ਸਵੇਰਾ, ਕੈਮਰਾਮੈਨ ਵਿਕਾਸ ਪਦਨਾ, ਸਰਬਜੀਤ ਸਿੰਘ, ਜੰਮੂ।